ਦੁਕਾਨਦਾਰ ਹੋ ਜਾਣ ਸਾਵਧਾਨ, ਕਿਤੇ ਤੁਹਾਡੀ ਦੁਕਾਨ 'ਚ ਤਾਂ ਨਹੀਂ ਆਈਆਂ ਇਹ ਚੋਰਨੀਆਂ। ਬੱਚਿਆਂ ਨਾਲ ਮਿਲ ਕੇ ਵੇਖੋ ਕਿਵੇਂ ਕਰਦੀਆਂ ਨੇ ਚੋਰੀ। ਦੁਕਾਨਦਾਰ ਨੂੰ ਲਗਾ ਜਾਂਦੀਆਂ ਨੇ ਵੱਡਾ ਚੂਨਾ। ਤਾਂ ਦੱਸ ਦਈਏ ਕਿ ਇੱਕ ਚੋਰੀ ਦੀ ਵਾਰਦਾਤ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿੱਥੇ ਇਹ ਮਹਿਲਾ ਚੋਰਨੀਆਂ ਬੱਚਿਆਂ ਸਮੇਤ ਆਉਂਦੀਆਂ ਨੇ ਅਤੇ ਇੱਕ ਦੁਕਾਨ 'ਚੋਂ ਸੂਟ ਚੋਰੀ ਕਰਕੇ ਫਰਾਰ ਹੋ ਜਾਂਦੀਆਂ ਨੇ। ਤਾਂ ਬੜੀ ਚਲਾਕੀ ਦੇ ਨਾਲ ਇਹਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜੋ ਕਿ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਵਾਰਦਾਤ ਫਿਰੋਜ਼ਪੁਰ ਦੀ ਹੈ, ਜਿੱਥੇ ਬੜੀ ਹੀ ਚਲਾਕੀ ਦੇ ਨਾਲ ਇਹ ਚੋਰਨੀਆਂ ਦੁਕਾਨ ਤੋਂ ਸੂਟ ਚੋਰੀ ਕਰਦੀਆਂ ਨੇ ਅਤੇ ਕੋਲ ਬੈਠੇ ਦੁਕਾਨਦਾਰ ਨੂੰ ਵੀ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ। ਤਾਂ ਤਸਵੀਰਾਂ 'ਚ ਵਿਖ ਰਹੀਆਂ ਇਹ ਮਹਿਲਾਵਾਂ ਬੱਚਿਆਂ ਸਮੇਤ ਆਉਂਦੀਆਂ ਨੇ। ਤਾਂ ਪਹਿਲਾਂ ਉਹਨਾਂ ਦੇ ਵਿੱਚੋਂ ਇੱਕ ਮਹਿਲਾ ਸੂਟ ਵੇਖਦੀ ਹੈ, ਤਾਂ ਵੇਖਦੇ ਵੇਖਦੇ ਉਹ ਇੱਕ ਸੂਟ ਨੂੰ ਦੁਕਾਨਦਾਰ ਦੀਆਂ ਅੱਖਾਂ ਤੋਂ ਬਚਾਉਂਦੀ ਹੋਈ ਆਪਣੇ ਨਾਲ ਇੱਕ ਲਿਫਾਫੇ ਦੇ ਵਿੱਚ ਪਾ ਲੈਂਦੀ ਹੈ, ਜਿਸ ਤੋਂ ਬਾਅਦ ਉਹ ਉਸ ਨੂੰ ਆਪਣੇ ਸ਼ੋਲ ਦੇ ਵਿੱਚ ਲੁਕੋ ਲੈਂਦੀ ਹੈ। ਜਿਸ ਤੋਂ ਬਾਅਦ ਇਹ ਫਿਰ ਇੱਥੇ ਹੀ ਨਹੀਂ ਰੁਕਦੀ, ਮੇਰੇ ਦੂਸਰੇ ਸੂਟ ਨੂੰ ਦੇਖਦੇ ਹੋਏ ਦੂਸਰੇ ਸੂਟ ਨੂੰ ਵੀ ਆਪਣੇ ਲਿਫਾਫੇ ਦੇ ਵਿੱਚ ਪਾ ਲੈਂਦੀ ਹੈ। ਤਾਂ ਕਈ ਵਾਰ ਇਸ ਦੇ ਵੱਲੋਂ ਸੂਟ ਚੋਰੀ ਕੀਤੇ ਜਾਂਦੇ ਨੇ ਅਤੇ ਫਿਰ ਇਹ ਮੌਕੇ ਤੋਂ ਫਰਾਰ ਹੋ ਜਾਂਦੀ ਹੈ ਅਤੇ ਇਹ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ, ਜਿਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਹੁਣ CCTV ਦੇ ਆਧਾਰ 'ਤੇ ਇਹਨਾਂ ਚੋਰਨੀਆਂ ਦੀ ਭਾਲ ਕਰ ਰਹੀ ਹੈ। ਦੋ ਲੇਡੀਜ਼ ਸੀ, ਨਾਲ ਇੱਕ ਬੱਚਾ ਹੈਗਾ ਸੀ। ਦੁਕਾਨ 'ਤੇ ਕੱਪੜੇ ਵੇਖਣ ਆਏ ਨੇ, ਉਹਨਾਂ ਦੁਕਾਨ 'ਤੇ ਕੱਪੜੇ ਦੇਖੇ ਨੇ ਅਤੇ ਉਹਨਾਂ ਨੇ ਵਿੱਚੋਂ ਦੋ ਸੂਟ ਚੁੱਕ ਕੇ ਲੈ ਗਏ ਨੇ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ? ਸਾਨੂੰ ਬਾਅਦ ਕੈਮਰੇ ਵੇਖੇ, ਵੀਡੀਓ ਕਾਲ ਵੇਖੀਏ, ਉਹ ਸਾਨੂੰ ਕੈਮਰੇ ਬਾਅਦ ਪਤਾ ਲੱਗਾ ਜੀ। ਅਤੇ ਕਿੰਨੀ ਵਾਰ ਹੋਇਆ ਤੁਹਾਡੇ ਨਾਲ? ਆਹ ਦੂਜੀ ਵਾਰ ਚਾਂਸ ਹੋ ਗਿਆ ਜੀ, ਤੀਜੀ ਵਾਰ। ਹਾਂਜੀ। ਅਤੇ ਹੋਰ ਵੀ ਕਿਸੇ ਨਾਲ ਹੋਇਆ ਬਾਜ਼ਾਰ 'ਚ? ਪਤਾ ਨਹੀਂ, ਬਾਜ਼ਾਰ ਤੋਂ ਆਇਆ ਜ਼ਰੂਰ ਹੋਏਗਾ ਜੀ, ਪਰ ਆਪਾਂ ਨਹੀਂ ਪਤਾ ਇਸ ਚੀਜ਼ ਦਾ ਜੀ। ਕੋਈ ਗੈਂਗ ਤਾਂ ਨਹੀਂ? ਗੈਂਗ ਹੀ ਲੱਗਦਾ ਜੀ ਮੈਨੂੰ ਤਾਂ ਜੀ। ਕਿੰਨੇ ਜਣੇ ਆਏ ਸੀ ਜਨ? ਦੋ ਜੈਂਟ, ਦੋ ਲੇਡੀਜ਼ ਸੀ, ਇੱਕ ਬੱਚਾ ਸੀ ਨਾਲ ਜੀ। ਅਤੇ ਉਹ ਮੰਗ ਕੀ ਕਰਦੇ ਸਾਥੀ ਜੀ? ਮੰਗ ਸੂਟ ਮੰਗੇ, ਸਾਡੇ ਸੂਟ ਦਿਖਾਓ ਜੀ। ਤੁਸੀਂ ਕੀ ਮੰਗ ਕਰਦੇ ਕਿ ਇਹਨਾਂ ਫੜਿਆ ਜਾਵੇ? ਕਰਦੇ ਵੀ ਹੁਣ ਜਲਦੀ ਜੇ ਫੜਿਆ ਜਾਵੇ ਉਹਨਾਂ ਨੂੰ। ਅਤੇ ਹੋਰ ਕਿਸੇ ਦੁਕਾਨਦਾਰ ਨਾਲ ਇਹੋ ਇਹ ਹੋਰ ਕਿਸੇ ਦੁਕਾਨ ਦਾ ਕੰਮ ਹੈ ਜਾਂ ਨਾ ਹੋਵੇ? ਦੁਕਾਨਦਾਰ ਹੋ ਜਾਣ ਸਾਵਧਾਨ, ਕਿਤੇ ਤੁਹਾਡੀ ਦੁਕਾਨ 'ਚ ਤਾਂ ਨਹੀਂ ਆਈਆਂ ਇਹ ਚੋਰਨੀਆਂ। ਬੱਚਿਆਂ ਨਾਲ ਮਿਲ ਕੇ ਵੇਖੋ ਕਿਵੇਂ ਕਰਦੀਆਂ ਨੇ ਚੋਰੀ। ਦੁਕਾਨਦਾਰ ਨੂੰ ਲਗਾ ਜਾਂਦੀਆਂ ਨੇ ਵੱਡਾ ਚੂਨਾ। ਤਾਂ ਦੱਸ ਦਈਏ ਕਿ ਇੱਕ ਚੋਰੀ ਦੀ ਵਾਰਦਾਤ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿੱਥੇ ਇਹ ਮਹਿਲਾ ਚੋਰਨੀਆਂ ਬੱਚਿਆਂ ਸਮੇਤ ਆਉਂਦੀਆਂ ਨੇ ਅਤੇ ਇੱਕ ਦੁਕਾਨ 'ਚੋਂ ਸੂਟ ਚੋਰੀ ਕਰਕੇ ਫਰਾਰ ਹੋ ਜਾਂਦੀਆਂ ਨੇ। ਤਾਂ ਬੜੀ ਚਲਾਕੀ ਦੇ ਨਾਲ ਇਹਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜੋ ਕਿ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਵਾਰਦਾਤ ਫਿਰੋਜ਼ਪੁਰ ਦੀ ਹੈ, ਜਿੱਥੇ ਬੜੀ ਹੀ ਚਲਾਕੀ ਦੇ ਨਾਲ ਇਹ ਚੋਰਨੀਆਂ ਦੁਕਾਨ ਤੋਂ ਸੂਟ ਚੋਰੀ ਕਰਦੀਆਂ ਨੇ ਅਤੇ ਕੋਲ ਬੈਠੇ ਦੁਕਾਨਦਾਰ ਨੂੰ ਵੀ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ। ਤਾਂ ਤਸਵੀਰਾਂ 'ਚ ਵਿਖ ਰਹੀਆਂ ਇਹ ਮਹਿਲਾਵਾਂ ਬੱਚਿਆਂ ਸਮੇਤ ਆਉਂਦੀਆਂ ਨੇ। ਤਾਂ ਪਹਿਲਾਂ ਉਹਨਾਂ ਦੇ ਵਿੱਚੋਂ ਇੱਕ ਮਹਿਲਾ ਸੂਟ ਵੇਖਦੀ ਹੈ, ਤਾਂ ਵੇਖਦੇ ਵੇਖਦੇ ਉਹ ਇੱਕ ਸੂਟ ਨੂੰ ਦੁਕਾਨਦਾਰ ਦੀਆਂ ਅੱਖਾਂ ਤੋਂ ਬਚਾਉਂਦੀ ਹੋਈ ਆਪਣੇ ਨਾਲ ਇੱਕ ਲਿਫਾਫੇ ਦੇ ਵਿੱਚ ਪਾ ਲੈਂਦੀ ਹੈ, ਜਿਸ ਤੋਂ ਬਾਅਦ ਉਹ ਉਸ ਨੂੰ ਆਪਣੇ ਸ਼ੋਲ ਦੇ ਵਿੱਚ ਲੁਕੋ ਲੈਂਦੀ ਹੈ। ਜਿਸ ਤੋਂ ਬਾਅਦ ਇਹ ਫਿਰ ਇੱਥੇ ਹੀ ਨਹੀਂ ਰੁਕਦੀ, ਮੇਰੇ ਦੂਸਰੇ ਸੂਟ ਨੂੰ ਦੇਖਦੇ ਹੋਏ ਦੂਸਰੇ ਸੂਟ ਨੂੰ ਵੀ ਆਪਣੇ ਲਿਫਾਫੇ ਦੇ ਵਿੱਚ ਪਾ ਲੈਂਦੀ ਹੈ। ਤਾਂ ਕਈ ਵਾਰ ਇਸ ਦੇ ਵੱਲੋਂ ਸੂਟ ਚੋਰੀ ਕੀਤੇ ਜਾਂਦੇ ਨੇ ਅਤੇ ਫਿਰ ਇਹ ਮੌਕੇ ਤੋਂ ਫਰਾਰ ਹੋ ਜਾਂਦੀ ਹੈ ਅਤੇ ਇਹ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ, ਜਿਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਹੁਣ CCTV ਦੇ ਆਧਾਰ 'ਤੇ ਇਹਨਾਂ ਚੋਰਨੀਆਂ ਦੀ ਭਾਲ ਕਰ ਰਹੀ ਹੈ।
ਦੋ ਲੇਡੀਜ਼ ਸੀ ਨਾਲ ਇੱਕ ਬੱਚਾ ਹੈਗਾ ਸੀ, ਦੁਕਾਨ 'ਤੇ ਕੱਪੜੇ ਵੇਖਣ ਆਏ ਨੇ, ਉਹਨਾਂ ਦੁਕਾਨ 'ਤੇ ਕੱਪੜੇ ਦੇਖੇ ਨੇ ਅਤੇ ਉਹਨਾਂ ਨੇ ਵਿੱਚੋਂ ਦੋ ਸੂਟ ਚੁੱਕ ਕੇ ਲੈ ਗਏ ਨੇ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ? ਸਾਨੂੰ ਬਾਅਦ ਕੈਮਰੇ ਵੇਖੇ, ਵੀਡੀਓ ਕਾਲ ਵੇਖੀਏ, ਉਹ ਸਾਨੂੰ ਕੈਮਰੇ ਬਾਅਦ ਪਤਾ ਲੱਗਾ ਜੀ। ਅਤੇ ਕਿੰਨੀ ਵਾਰ ਹੋਇਆ ਤੁਹਾਡੇ ਨਾਲ? ਆਹ ਦੂਜੀ ਵਾਰ ਚਾਂਸ ਹੋ ਗਿਆ ਜੀ, ਤੀਜੀ ਵਾਰ ਜੀ। ਹਾਂਜੀ। ਅਤੇ ਹੋਰ ਵੀ ਕਿਸੇ ਨਾਲ ਹੋਇਆ ਬਾਜ਼ਾਰ 'ਚ? ਪਤਾ ਨਹੀਂ, ਬਾਜ਼ਾਰ ਤੋਂ ਆਇਆ ਜ਼ਰੂਰ ਹੋਏਗਾ ਜੀ, ਪਰ ਆਪਾਂ ਨਹੀਂ ਪਤਾ ਇਸ ਚੀਜ਼ ਦਾ ਜੀ। ਕੋਈ ਗੈਂਗ ਤਾਂ ਨਹੀਂ ਹੈਗੀ? ਗੈਂਗ ਹੀ ਲੱਗਦਾ ਜੀ ਮੈਨੂੰ ਤਾਂ ਜੀ। ਕਿੰਨੇ ਜਣੇ ਆਏ ਸੀ? ਦੋ ਜੈਂਟ, ਦੋ ਲੇਡੀਜ਼ ਸੀ, ਇੱਕ ਜੈਂ, ਇੱਕ ਬੱਚਾ ਸੀ ਨਾਲ ਜੀ। ਅਤੇ ਉਹ ਮੰਗ ਕੀ ਕਰਦੇ ਜੀ ਸਾਥੀ ਜੀ? ਮੰਗ ਸੂਟ ਮੰਗੇ, ਸਾਡੇ ਸੂਟ ਦਿਖਾਓ ਜੀ। ਤੁਸੀਂ ਕੀ ਮੰਗ ਕਰਦੇ ਕਿ ਇਹਨਾਂ ਫੜਿਆ ਜਾਵੇ? ਕਰਨੇ ਵੀ ਹੁਣ ਜਲਦੀ ਜੇ ਫੜਿਆ ਜਾਵੇ ਉਹਨਾਂ ਨੂੰ। ਅਤੇ ਹੋਰ ਕਿਸੇ ਦੁਕਾਨਦਾਰ ਨਾਲ ਹੋਰ ਕਿਸੇ ਦੁਕਾਨ ਦਾ ਕੰਮ ਜਾਂ ਨਾ ਹੋਵੇ?